ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਚੰਡੀਗੜ੍ਹ ਵਿੱਚ ਹੋਣ ਜਾ ਰਹੀ ਹੈ ਜਿਸ ਵਿੱਚ ਇੱਕ ਆਕਾਸ਼ਰਾਈਆਂ ਇਹੀ ਲਗਾਈਆਂ ਜਾ ਰਹੀਆਂ ਨੇ ਕਿ 2022 ਦੇ ਚਿਹਰੇ ਨੂੰ ਲੈ ਕੇ ਅੱਜ ਮੰਥਨ ਕੀਤਾ ਜਾ ਸਕਦਾ ਜਿਸ ਵਿੱਚ PPCT ਦੇ ਜੋ ਅਧਿਕਾਰੀ ਨੇ ਉਹ ਵੀ ਉੱਥੇ ਪਹੁੰਚ ਰਹੇ ਨੇ ਅਤੇ ਹਰੀਸ਼ ਰਾਵਤ ਵੱਲੋਂ ਅੱਜ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਦੂਸਰੇ ਪਾਸੇ ਹੁਣ ਜੋ ਹੈ ਡਾਕਟਰ ਰਾਜਕੁਮਾਰ ਵੇਰਕਾ ਜੋ ਕਿ ਵਿਧਾਇਕ ਨੇ ਅਤੇ ਉਹਨਾਂ ਵੱਲੋਂ ਹੁਣ ਚੰਡੀਗੜ੍ਹ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਕਿਹਾ ਹੀ ਜਾ ਰਿਹਾ ਕਿ ਲਗਾਤਾਰ ਹੀ ਜੋ ਵੀ ਚੀਜ਼ਾਂ ਹੋਣਗੀਆਂ ਉਹਤੇ ਮੋਰ ਜਿਹੜੀ ਆ 5 ਵਜੇ ਤੋਂ ਬਾਅਦ ਲੱਗ ਪਾਵੇਗੀ। ਲੇਕਿਨ ਦੂਸਰੇ ਪਾਸੇ ਜਿਹੜੀ ਆਕਾਸ਼ਰਾਈਆਂ ਬਹੁਤ ਤੇਜ਼ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਹਲਕੇ ਦੇ ਵਿੱਚ ਵੀ ਬਹੁਤ ਸਾਰੀਆਂ ਵਿਚਾਰ ਚੱਲ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਜੋ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ 2022 ਦੇ ਚਿਹਰੇ ਵੱਲੋਂ ਦੇਖਿਆ ਜਾ ਸਕਦਾ ਹੈ। ਹੁਣ ਦੇਖਣਾ ਇਹ ਹੋਏਗਾ ਕਿ ਪੰਜਾਬ ਦੇ ਵਿੱਚ ਕੀ ਸਾਹਮਣੇ ਆਉਂਦਾ ਹੈ ਕਿਉਂਕਿ ਲਗਾਤਾਰ ਹੁਣ ਜੋ ਨੇ ਉਹ ਡਾਕਟਰ ਰਾਜਕੁਮਾਰ ਵੇਰਕਾ ਜਿਹੜੇ ਨੇ ਹੁਣ ਦਿੱਲੀ ਵੱਲ ਨੂੰ ਰਵਾਨਾ ਹੋਣਗੇ ਅਤੇ 5 ਵਜੇ ਤੋਂ ਬਾਅਦ ਹੀ ਪਤਾ ਲੱਗ ਪਾਵੇਗਾ ਕਿ ਹਜੇ ਤੱਕ ਆਕਾਸ਼ਰਾਈਆਂ ਜਿਹੜੀਆਂ ਲਗਾਈਆਂ ਜਾ ਰਹੀਆਂ ਕਿੰਨੀਆਂ ਕੁ ਉਹ ਸੱਚਾਈ ਨੇ। ਬਈ ਇਹ ਤਾਂ ਮੈਂ ਸਮਝਣਾ ਸਭ ਕਿਆਸ ਰਹੀਆਂ ਜਿਹੜੀਆਂ ਤੁਸੀਂ ਇਹ ਵਿਚਾਰ ਕਰ ਰਹੇ ਹੋ ਸੋਚ ਰਹੇ ਹੋ। ਮੈਂ ਤੁਹਾਨੂੰ ਇਹ ਕਿਹਾ ਕਿ ਕਿਉਂਕਿ ਹਾਈ ਕਮਾਨ ਨੇ ਦੋ ਅਬਜ਼ਰਵਰ ਜਿਹੜੇ ਕਿ ਸੀਨੀਅਰ ਸਾਡੇ ਲੀਡਰ ਹੈ ਅਜੇ ਮਾਕਨ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਹੈ ਹਰੀ ਚੌਧਰੀ ਜੀ ਜਿਹੜੇ ਕਿ ਸੈਕਟਰੀ ਵੀ ਰਹੇ ਹੈ ਪਹਿਲੇ ਇੱਥੇ ਉਹ ਰਾਜਸਥਾਨ ਗੌਰਮੈਂਟ ਦੇ ਵਿੱਚ ਮਨਿਸਟਰ ਨੇ ਉਹ ਅੱਜ ਆ ਰਹੇ ਹੈ ਹਾਈ ਕਮਾਨ ਦਾ ਸੰਦੇਸ਼ ਲੈ ਕੇ ਆ ਰਹੇ ਹੈ। ਹਾਈ ਕਮਾਨ ਦਾ ਸੰਦੇਸ਼ ਜੋ ਵੀ ਹੋਏਗਾ ਉਹ MLA ਨੂੰ ਪੜ੍ਹ ਕੇ ਸੁਣਾਉਣਗੇ ਔਰ ਜਿਹੜੇ MLA ਦੀ ਰਾਏ ਹੋਏਗੀ ਉਹ ਹਾਈਕਮਾਨ ਤੱਕ ਪਹੁੰਚਾਉਣਗੇ। ਉਹਦੇ ਵਿੱਚ ਜੋ ਵੀ ਕੋਈ ਕਿਸੇ ਕਿਸਮ ਦਾ ਵੀ ਆਦੇਸ਼ ਹਾਈਕਮਾਨ ਕਰੇਗਾ ਅਸੀਂ ਸਭ ਨੂੰ ਮੰਨਾਂਗੇ ਔਰ ਸਾਰੇ ਉਸ ਦੇ ਉੱਪਰ ਇਹ ਖਰੇ ਉਤਰਨਗੇ। ਮੈਂ ਤੁਹਾਨੂੰ ਇਹ ਕਿਹਾ ਕਿ ਕੋਈ ਨੌਬਤ ਆਈ ਨਹੀਂ ਅਜੇ ਤੱਕ ਕੋਈ ਨਾਂ ਆਇਆ ਨਹੀਂ ਸਾਹਮਣੇ ਅਜੇ 5 ਵਜੇ ਮੀਟਿੰਗ ਹੈ ਔਰ 5 ਵਜੇ ਤੱਕ ਵੇਟ ਕਰਨੀ ਚਾਹੀਦੀ ਹੈ ਕਿ ਗੱਲ ਕੀ ਹੈ ਜੇ ਗੱਲ ਹੀ ਸਾਹਮਣੇ ਨਹੀਂ ਆਈ ਤਾਂ ਮੇਰੇ ਖਿਆਲ ਵੇਟ ਕਰੋ। ਮੈਂ ਤੁਹਾਨੂੰ ਇਹ ਕਿਹਾ ਕਿ ਕੁਛ ਨੇ ਕੀ ਟਵੀਟ ਕੀਤਾ ਮੈਂ ਕਿਸੇ ਦਾ ਜਵਾਬ ਦੇਣਾ ਹੀ ਨਹੀਂ। ਮੈਂ ਤੁਹਾਨੂੰ ਇਹ ਕਿਹਾ ਕਿ ਇੱਦਾਂ ਦੀ ਅਜੇ ਕੋਈ ਵੀ ਰਾਏ ਨਹੀਂ ਹੈ ਆਈ ਸਾਹਮਣੇ ਅੱਜ ਹਾਈਕਮਾਨ ਦੇ ਨਾਲ ਮੀਟਿੰਗ ਹੈ ਉਹਦੇ ਬਾਅਦ ਜੋ ਫੈਸਲਾ ਹੋਏਗਾ 5 ਵਜੇ ਤੋਂ ਬਾਅਦ ਤੁਹਾਡੇ ਸਾਹਮਣੇ ਆਏਗਾ। ਜਸਮੇਲ ਕੌਰ ਮੇਰਾ ਨਾਂ ਜੀ ਅਤੇ ਪਿੰਡ ਗੁਲਾਬੇ ਵਾਲੇ ਤੋਂ ਆਏ ਹਾਂ ਜ਼ਿਲ੍ਹਾ ਮੁਕਤਸਰ ਹੈ ਅਤੇ ਪਹਿਲਾਂ ਸਾਲ ਹੋ ਗਿਆ ਕੈਂਸਰ ਹੋਏ ਨੂੰ ਛਾਤੀ ਗਲਦੀ ਸੀ ਅਤੇ ਮੁਕਤਸਰ ਦਵਾਈ ਲਈ ਸੀ ਅਸੀਂ ਨਹੀਂ ਸਾਨੂੰ ਆਰਾਮ ਆਇਆ ਅਤੇ ਫਿਰ ਰਿਸ਼ਤੇਦਾਰਾਂ ਨੇ ਸਾਨੂੰ ਦੱਸ ਪਾਈ ਹੈ ਉਹ ਇੱਥੇ ਸਾਨੂੰ ਲੈ ਕੇ ਆਏ ਹੈ ਇੱਥੋਂ ਦਵਾਈ ਅਸੀਂ 5-6 ਮਹੀਨੇ ਖਾਧੀ ਹੈ ਅਤੇ ਹੁਣ ਅਸੀਂ ਠੀਕ ਹਾਂ ਬਿਲਕੁਲ।